ਅੱਜ ਇਹੀ ਮੋਦੀ ਗਵਰਨਮੈਂਟ ਬੀਜੇਪੀ ਦੀ ਸਰਕਾਰ ਉਸ ਕਾਂਗਰਸ ਦੀ ਦਿੱਤੀ MSP ਨੂੰ ਖਤਮ ਕਰ ਰਹੀ ਹੈ, ਕਾਂਗਰਸ ਦੀਆਂ ਦਿੱਤੀਆਂ ਮੰਡੀਆਂ ਨੂੰ ਤੋੜਿਆ ਜਾ ਰਿਹਾ ਹੈ, ਉਹ ਸਾਨੂੰ ਬਰਦਾਸ਼ਤ ਨਹੀਂ। ਜਦੋਂ ਦੇਸ਼ ਦੇ ਵਿੱਚ ਅੰਨ ਦੀ ਕਿਲਤ ਸੀ, ਦੇਸ਼ ਭੁੱਖਾ ਮਾਰਿਆ ਸੀ, ਠੂਠਾ ਫੜ ਕੇ ਸਾਰੇ ਵੱਡੇ ਜਿਹੜੇ ਦੇਸ਼ ਨੇ ਉਹਨਾਂ ਤੋਂ ਅੰਨ ਦੀ ਭੀਖ ਮੰਗਦਾ ਸੀ, ਕਿਸਾਨ ਨੂੰ ਆਪਣੇ ਪੈਰਾਂ ਸਿਰ ਕਰਨ ਵਾਸਤੇ, ਦੇਸ਼ ਦੇ ਅੰਨ ਦੇ ਭੰਡਾਰ ਭਰਨ ਵਾਸਤੇ ਕਾਂਗਰਸ ਪਾਰਟੀ ਵੱਲੋਂ ਕਿਸਾਨ ਨੂੰ MSP ਦਿੱਤੀ ਗਈ, ਕਾਂਗਰਸ ਪਾਰਟੀ ਵੱਲੋਂ ਐਗਰੀਕਲਚਰ ਯੂਨੀਵਰਸਿਟੀਆਂ ਬਣਾ ਕੇ ਉੱਤਮ ਬੀਜ ਦਿੱਤੇ ਗਏ, ਕਾਂਗਰਸ ਵੱਲੋਂ ਡੈਮ ਲਾ ਕੇ ਪਾਣੀ ਦੇ ਪ੍ਰਬੰਧ ਕੀਤੇ ਗਏ। ਅੱਜ ਉਸ ਕਾਂਗਰਸ ਵੱਲੋਂ ਇਹਦਾ ਅਨਾਜ ਦਾ ਮੰਡੀਕਰਨ ਚੰਗੀ ਤਰ੍ਹਾਂ ਹੋ ਜਾਵੇ, ਮੰਡੀਆਂ ਜਿਹੜੀਆਂ ਸਟੈਬਲਿਸ਼ ਕੀਤੀਆਂ ਗਈਆਂ। ਅੱਜ ਇਹੀ ਮੋਦੀ ਗਵਰਨਮੈਂਟ BJP ਦੀ ਸਰਕਾਰ ਉਸ ਕਾਂਗਰਸ ਦੀ ਦਿੱਤੀ MSP ਨੂੰ ਖਤਮ ਕਰ ਰਹੀ ਹੈ, ਕਾਂਗਰਸ ਦੀਆਂ ਦਿੱਤੀਆਂ ਮੰਡੀਆਂ ਨੂੰ ਤੋੜਿਆ ਜਾ ਰਿਹਾ ਹੈ, ਉਹ ਸਾਨੂੰ ਬਰਦਾਸ਼ਤ ਨਹੀਂ। ਅੱਜ ਦੇਸ਼ ਦਾ ਕਿਸਾਨ ਸੰਘਰਸ਼ ਕਰ ਰਿਹਾ ਹੈ, ਅੰਦੋਲਨ ਕਰ ਰਿਹਾ ਹੈ ਇਸ ਹੰਕਾਰੀ ਅਤੇ ਭ੍ਰਿਸ਼ਟ ਸਰਕਾਰ ਦੇ ਖਿਲਾਫ, ਅਤੇ ਅੱਜ ਅਸੀਂ ਕਾਂਗਰਸ ਦੇ ਲੋਕ ਆਪਣੇ ਕਿਸਾਨ ਦੇ ਨਾਲ ਖੜ ਕੇ ਉਹਨਾਂ ਕੰਢੇ ਨਾਲ ਕੰਧਾ ਜੋੜ ਕੇ ਕਾਂਗਰਸ ਦੀ ਲੜਾਈ ਲੜ ਰਹੇ ਹਾਂ, ਅਤੇ ਜਦ ਤੱਕ ਇਹ ਕਾਲੇ ਕਾਨੂੰਨ, ਇਹ ਜਿਹੜੇ ਰਾਕਸ਼ਸੀ ਕਾਨੂੰਨ ਬਣਾਏ ਨੇ ਸਰਕਾਰ ਨੇ, ਇਹਨਾਂ ਨੂੰ ਖਤਮ ਨਹੀਂ ਕਰਵਾ ਦਿੰਦੇ, ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ।